ਬੜੀ ਗੁੱਝੀ ਸੱਟ ਮਾਰ ਗਿਆ ਤੇਜਾ, ਸਤਨਾਮ ਨਹੀਂ ਵੱਜਦਾ ਹੁਣ। ਮੈਂ ਵੀ ਦੇਖਦਾ ਹਾਈਕਮਾਂਡ ਕੀ ਕਰਦੀ ਆ ਹੁਣ। ਸਾਰੀ ਰਾਤ ਨੀਂਦ ਨਹੀਂ ਆਈ। ਇੱਕ ਵਾਰੀ ਤਾਂ ਲੱਗਿਆ ਸੀ ਕਿ ਖੇਡ ਹੱਥੋਂ ਗਈ, ਪਰ ਕਿਸੇ ਨੇ ਸੱਚ ਹੀ ਕਿਹਾ। ਸਿਆਸਤ ਦਾ ਸੂਰਜ ਨਿੱਤ ਨਵੇਂ ਪਾਸਿਓਂ ਚੜ੍ਹਦਾ ਹੈ। ਕੱਲ੍ਹ ਬੁਰੇ ਪਾਸਿਓਂ, ਅੱਜ ਚੰਗੇ ਪਾਸਿਓਂ ਚੜ੍ਹ ਗਿਆ। ਸਾਲੀ ਸ਼ਾਂਤੀ ਜੀ ਮਿਲ ਗਈ ਰੋਹ ਨੂੰ। ਸਹੀ ਕਹਿੰਦੇ ਹੋ ਸੀ ਐਮ ਸਾਹਿਬ, ਸਾਡੀ ਤਾਂ ਬੋਲਤੀ ਬੰਦ ਕੀਤੀ ਪਈ ਸੀ ਹਾਈ ਕਮਾਂਡ ਨੇ। ਸ਼ੁਕਰ ਕਰੋ ਤੇਜੇ ਦਾ ਜਿਹਨੇ ਸਾਰੀ ਗੇਮ ਹੀ ਬਦਲਤੀ। ਸਹੀ ਗੱਲ ਹੈ, ਤੇਜਾ ਬੇਸ਼ੱਕ ਵਿਰੋਧੀ ਪਾਰਟੀ ਦਾ ਹੈ, ਪਰ ਆਪਣੇ ਨਾਲੋਂ ਸਾਡੀ ਪਾਰਟੀ ਦਾ ਜ਼ਿਆਦਾ ਫਾਇਦਾ ਕਰ ਗਿਆ। ਜੀ ਤਾਂ ਕਰਦਾ ਫੋਨ ਲਾ ਕੇ ਹੁਣੇ ਵਧਾਈਆਂ ਦੇ ਦਿਆਂ ਉਹਨੂੰ। ਤਾਂ ਫਿਰ ਕਰ ਲਓ ਨਾ ਸੀ ਐਮ ਸਾਹਿਬ, ਜਦੋਂ ਕਿਸੇ ਨੇ ਕੋਈ ਚੰਗਾ ਕੰਮ ਕੀਤਾ ਤੁਹਾਨੂੰ ਵਧਾਈ ਦੇਣੀ ਤਾਂ ਬਣਦੀ ਆ ਨਾ। ਨਾ, ਵਿਰੋਧੀਆਂ ਦੇ ਚੰਗੇ ਕੰਮ ਦੀ ਜ਼ਿਆਦਾ ਤਾਰੀਫ ਨਹੀਂ ਕਰਨੀ ਚਾਹੀਦੀ, ਸਿਰ ਤੇ ਚੜ੍ਹ ਜਾਂਦੇ ਆ। ਬਾਪੂ ਸ਼੍ਰੀ ਅੰਦਰ ਜੇ। ਬਾਪੂ ਸ਼੍ਰੀ, ਬਾਪੂ ਤਾਂ ਹੈ ਨਹੀਂ ਇੱਥੇ, ਉਹੀ ਮਾਤਾ ਨੇ ਸਵੇਰ ਦਾ ਰੌਲਾ ਪਾਇਆ ਸੀ। ਕੀ ਕਰਾਂ ਮੈਂ ਤੇਰਾ, ਤੈਨੂੰ ਕਦੋਂ ਅਕਲ ਆਊਗੀ ਮਨਵੀਰ? ਮਾਤਾ ਮੈਨੂੰ ਕੀ ਕਹੀ ਜਾਂਦੀ ਹੈ, ਮੈਂ ਤਾਂ ਬਹਿਣ ਆਇਆ ਸੀ ਨਾ ਬਾਪੂ ਕੋਲੇ, ਹੁਣ ਉਹੀ ਨਹੀਂ ਇੱਥੇ ਹੈਗਾ, ਮੈਂ ਕੀ ਕਰਾਂ? ਨਾ ਤੇਰਾ ਉਹ ਇੰਤਜ਼ਾਰ ਕਰ, ਮੈਂ ਸਿੱਧਾ ਹੀ ਬੈਠਾ ਰਹੇ ਹਾਂ। ਕਦੋਂ ਮੇਰਾ ਪੁੱਤ ਆਊਗਾ ਮੇਰੇ ਲਾਗੇ ਬੈਠੂਗਾ, ਕਦੋਂ ਮੇਰਾ ਦੁੱਖ ਸੁਣੂਗਾ? ਇੱਕ ਘੰਟਾ ਪਹਿਲਾਂ ਬੋਲਿਆ ਸੀ ਤੈਨੂੰ ਤੇ ਤੂੰ ਹੁਣ ਆ ਰਿਹਾ। ਮਾਤਾ ਹੁਣ ਦੱਸ ਨਾ ਕੀ ਕਰਾਂ ਮੈਂ? ਕੀ ਕਰਨਾ ਹੈ ਪੁੱਤ, ਜਾ ਕੇ ਕੁੜੀਆਂ ਨਾਲ ਗੱਲਾਂ ਕਰ ਫੋਨ ਤੇ। ਸਿਆਸਤ ਤੇਰੇ ਵੱਸ ਦੀ ਗੱਲ ਨਹੀਂ ਹੈਗੀ, ਇੱਕ ਮੌਕਾ ਦਿੱਤਾ ਸੀ ਤੈਨੂੰ ਹੋਰ, ਤੈਨੂੰ ਉਹ ਵੀ ਸੰਭਾਲਣਾ ਨਹੀਂ ਆਉਂਦਾ। ਮਾਤਾ ਚੰਗਾ ਹੋ ਗਈ ਗਲਤੀ, ਨਹੀਂ ਕਰਦਾ ਦੁਬਾਰਾ, ਪਰ ਹੁਣ ਦੱਸ ਤਾਂ ਦੇ ਕਰਾਂ ਕੀ ਮੈਂ? ਹੁਣ ਕਰੋ ਹਿੱਲੀ ਨਾ, ਜਦੋਂ ਤੱਕ ਤੇਰਾ ਪਿਓ ਨਹੀਂ ਮੋੜ ਆਉਂਦਾ, ਜਦੋਂ ਆਜੂਗਾ ਤਾਂ ਬਹਿ ਜੀ ਉਹਦੇ ਨਾਲ। ਮਾਤਾ ਬਾਪੂ ਪਤਾ ਨਹੀਂ ਕਰੇ ਕਦੋਂ ਮੜੂ, ਉਹਨਾਂ ਚਿਰ ਇੱਥੇ ਬੈਠਾ ਰਹੂੰਗਾ। ਕਿੰਨੇ ਅੱਡ ਲਹੂ ਪੀਤਾ ਮੇਰਾ, ਅੰਮ੍ਰਿਤ ਨੇ ਪਤਾ ਨਹੀਂ ਕਦੋਂ ਮਿਲਣਾ, ਮਿਲਿਆ ਮੈਂ।